ਮੁਹੱਬਤ ਇਹ ਤਾਂ ਉਨੀ ਜਲੂ ਸ਼ਹਿਰ ਸਾਰਾ ਤੰਗ ਕੀਤਾ ਤੇਰੇ ਜੱਟਾ ਟੋਲੇ ਨੇ ਮਿੱਤਰਾਂ ਨੇ ਸਾਰੇ ਟੰਗੇ ਜਿਹੜੇ ਜਿਹੜੇ ਬੋਲੇ ਨੇ ਪਤਾ ਮੈਨੂੰ ਪਤਾ ਹਾਂਜੀ ਦੋਸਤੋ ਪੀਵੀ ਮੀਡੀਆ ਤੇ ਤੁਹਾਡਾ ਸਵਾਗਤ ਹੈ। ਦੋਸਤੋ ਸਿੱਧੂ ਮੂਸੇਵਾਲਾ ਜਿਸਦਾ ਕਿ ਨਾਮ ਹੀ ਕਾਫੀ ਹੁੰਦਾ ਹੈ ਕਿਸੇ ਵੀ ਗਾਣੇ ਨੂੰ ਸੁਪਰਹਿਟ ਬਣਾਉਣ ਲਈ, ਉੱਥੇ ਦੋਸਤੋ ਦੁਨੀਆ ਦੇ ਲੱਖਾਂ ਹੀ ਫੈਨ ਸਿੱਧੂ ਮੂਸੇਵਾਲਾ ਨੇ ਆਪਣੇ ਟੈਲੈਂਟ ਦਮ ਤੇ ਬਣਾਏ ਹਨ। ਦੋਸਤੋ ਇੱਥੇ ਆਮ ਬੰਦੇ ਸਾਨੂੰ ਕਾਫੀ ਪਸੰਦ ਕਰਦੇ ਹਨ, ਉੱਥੇ ਪੰਜਾਬੀ ਇੰਡਸਟਰੀ, ਬਾਲੀਵੁੱਡ, ਇੱਥੋਂ ਤੱਕ ਕਿ ਹਾਲੀਵੁੱਡ ਦੇ ਵੀ ਕਾਫੀ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲਾ ਦੇ ਫੈਨ ਹਨ। ਦੋਸਤੋ ਆਪਣੀ ਮੂਸ ਟੇਪ ਨਾਲ ਸਿੱਧੂ ਮੂਸੇਵਾਲਾ ਨੇ ਨਵੇਂ ਰਿਕਾਰਡ ਸੈੱਟ ਕਰ ਦਿੱਤੇ ਹਨ ਅਤੇ ਹੁਣ ਤੱਕ ਜਿੰਨੇ ਵੀ ਗਾਣੇ ਰਿਲੀਜ਼ ਕੀਤੇ ਹਨ ਉਹ ਸਾਰੇ ਦੇ ਸਾਰੇ ਸੁਪਰਹਿਟ ਸਾਬਤ ਵੀ ਹੋਏ ਹਨ। ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿੱਥੇ ਬਾਲੀਵੁੱਡ ਦੇ ਕਾਫੀ ਮਸ਼ਹੂਰ ਆਰਟਿਸਟ ਸਿੱਧੂ ਮੂਸੇਵਾਲਾ ਦੀ ਮੂਸ ਟੇਪ ਨੂੰ ਸਪੋਰਟ ਕਰ ਰਹੇ ਹਨ, ਉੱਥੇ ਹੀ ਹਾਲੀਵੁੱਡ ਦੇ ਵੀ ਕਈ ਆਰਟਿਸਟ ਸਿੱਧੂ ਮੂਸੇਵਾਲਾ ਦੀ ਮੂਸ ਟੇਪ ਨੂੰ ਸੁਣ ਰਹੇ ਹਨ। ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਪੂਰੀ ਦੁਨੀਆ ਵਿੱਚ ਮਸ਼ਹੂਰ ਰੈਪਰ ਡਰੇਕ। ਦੋਸਤੋ ਡਰੇਕ ਵੀ ਸਿੱਧੂ ਮੂਸੇਵਾਲਾ ਦਾ ਫੈਨ ਹੈ ਅਤੇ ਉਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਵੀ ਹੈ। ਦੋਸਤੋ ਡਰੇਕ ਨੇ ਆਪਣੇ ਲਾਈਵ ਦੌਰਾਨ ਸਿੱਧੂ ਮੂਸੇਵਾਲਾ ਦਾ ਬਰਬਰੀ ਸੌਂਗ ਸੁਣਦੇ ਹੋਏ ਇੱਕ ਵੀਡੀਓ ਪੋਸਟ ਕੀਤੀ ਆ, ਆਓ ਦੇਖੀਏ ਉਸ ਵੀਡੀਓ ਨੂੰ। ਇਹੀ ਨਹੀਂ, ਇੰਸਟਾਗ੍ਰਾਮ ਤੇ ਡਰੇਕ ਦੇ ਲਗਭਗ 8 ਕਰੋੜ ਫੋਲੋਅਰ ਹਨ ਅਤੇ ਉਹ ਇੰਸਟਾਗ੍ਰਾਮ ਤੇ ਸਿੱਧੂ ਮੂਸੇਵਾਲਾ ਨੂੰ ਫੋਲੋ ਵੀ ਕਰਦਾ ਹੈ ਅਤੇ ਉਸਦੇ ਹਰ ਇੱਕ ਗਾਣੇ ਨੂੰ ਸ਼ੇਅਰ ਵੀ ਕਰਦਾ ਹੈ। ਦੋਸਤੋ ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਵੀ ਇੰਸਟਾਗ੍ਰਾਮ ਤੇ ਸਿਰਫ ਇੱਕ ਜਾਣੇ ਨੂੰ ਫੋਲੋ ਕਰਦਾ ਹੈ, ਉਹ ਹੈ ਡਰੇਕ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਤੇ ਡਰੇਕ ਦਾ ਗਾਣਾ ਵੀ ਆ ਸਕਦਾ ਹੈ, ਇਸ ਗੱਲ ਦੀ ਸੋਸ਼ਲ ਮੀਡੀਆ ਤੇ ਹਮੇਸ਼ਾ ਚਰਚਾ ਹੁੰਦੀ ਰਹਿੰਦੀ ਹੈ। ਦੋਸਤੋ ਇਸ ਤੋਂ ਇਲਾਵਾ ਜਦੋਂ ਸਿੱਧੂ ਮੂਸੇਵਾਲਾ ਤੋਂ ਡਰੇਕ ਬਾਰੇ ਪੁੱਛਿਆ ਗਿਆ ਤਾਂ ਆਓ ਦੇਖੀਏ ਉਸਨੇ ਕੀ ਕਿਹਾ। ਮੈਨੂੰ ਦੱਸ ਦੇ ਡਰੇਕ ਨਾਲ ਕਦੋਂ ਆਉਣਾ ਆਜੂਗਾ ਯਾਰ, ਆਪੀ ਆ ਜਦੋਂ ਆਉਣਾ ਹੋਊਗਾ ਗਾਣਾ। ਪਤਾ ਕੀ ਗੱਲ ਆ ਡਾਰਲਿੰਗ, ਆਪਾਂ ਕਿਸੇ ਨਾਲ ਵੀ ਜੇ ਕੋਈ ਆਪਾਂ ਨੂੰ ਕੋਈ ਪਸੰਦ ਕਰਦਾ ਜਾਂ ਫੋਲੋ ਕਰਦਾ ਜਾਂ ਪਿਆਰ ਕਰਦਾ ਹੈ ਨਾ, ਕੁਛ ਕਿਸੇ ਨੂੰ ਆਪਣੇ 'ਚ ਕੁਛ ਵਧੀਆ ਲੱਗਿਆ, ਮੈਨੂੰ ਐਂ ਨਹੀਂ ਹੁੰਦਾ ਵੀ ਗਾਣੀ ਕਰੀਏ ਉਹਦੇ ਨਾਲ ਜਾਂ ਕੁਛ ਹੋਰ ਕਰੀਏ। ਠੀਕ ਹੈ ਜੇ ਹੁਣ ਹੋਊਗਾ ਹੋਜੂਗਾ, ਦੱਸ ਜੇ ਹੋਇਆ ਹੋਊਗਾ ਗਾਣਾ ਤਾਂ ਤੁਹਾਡੇ ਸਾਹਮਣੇ ਹੋਊਗਾ, ਜੇ ਨਹੀਂ ਹੋਇਆ ਹੋਊਗਾ ਤਾਂ ਕਦੇ ਨਹੀਂ ਆਉਂਦਾ। ਦੋਸਤੋ ਅੱਜ ਲਈ ਬਸ ਇੰਨਾ ਹੀ, ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਇਹੋ ਜਿਹੀਆਂ ਹੋਰ ਵੀਡੀਓ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ। ਨਾ ਮੈਂ ਸਿੰਗਰ ਹਾਂ, ਨਾ ਮੈਂ ਰਾਈਟਰ ਹਾਂ ਅਤੇ ਨਾ ਹੀ ਮੇਰੀ ਕੋਈ ਫਿਲਮ ਆਈ ਹੈ, ਫਿਰ ਵੀ ਇੰਨਾ ਵੱਡਾ ਮਾਣ ਦਿੱਤਾ ਤੁਸੀਂ, ਇੰਨੇ ਰਿਸਪੈਕਟਡ ਆਰਟਿਸਟ ਦੇ ਨਾਲ ਬਿਠਾਇਆ, ਖੜਾਇਆ ਤੇ ਪਰਫਾਰਮ ਕਰਵਾਇਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਜੀ।